ਪ੍ਰੋਬਲਮਸ ਸਾਡੇ ਦੋਸਤਾਂ ਨੂੰ ਕਾਰੋਬਾਰ ਚੰਗਾ ਹੁੰਦਾ ਜੀ ਛੋਟਾ ਮੋਟਾ ਨਹੀਂ ਹਰ ਕਾਰੋਬਾਰ ਵੱਡਾ ਹੁੰਦਾ ਧੰਨਵਾਦ ਤੁਹਾਡਾ ਇਸ ਨਜ਼ਰ ਨੂੰ ਦੇਖਣ ਲਈ ਮੈਂ ਮੇਰੇ ਸਾਰੇ ਦੋਸਤਾਂ ਨੇ ਤੁਹਾਨੂੰ ਬਹੁਤ ਸਾਰੀ ਪ੍ਰੋਬਲਮਸ ਗੋਬਿੰਦਗੜ੍ਹ ਦੇ ਦਰਪੇਸ਼ ਆ ਰਹੀ ਇੰਡਸਟਰੀ ਨੂੰ ਦੱਸੀਆਂ ਮੈਂ ਛੋਟਾ ਜਿਹਾ ਸੋਲਿਊਸ਼ਨ ਬਹੁਤ ਸ਼ਾਰਟ 'ਚ ਗੱਲ ਕਰਨੀ ਚਾਹੁੰਦਾ ਕਿਉਂਕਿ ਮੇਰੇ ਤੋਂ ਬਾਅਦ ਵੀ ਬਹੁਤ ਸਾਰੇ ਬੁਲਾਰੇ ਆ ਆਪਣੇ ਸੁਜੈਸ਼ਨ ਦੇ ਨਾਲ ਇਕੱਠੇ ਨੇ ਮੈਂ ਚਾਹੁੰਦਾ ਵੀ ਗੋਬਿੰਦਗੜ੍ਹ ਦੀ ਜਾਂ ਪੰਜਾਬ ਦੀ ਇੰਡਸਟਰੀ ਨੂੰ ਬਚਾਉਣਾ ਹੈ ਤਾਂ ਇੱਕ ਇਹ ਵੀ ਤਰੀਕਾ ਹੋ ਸਕਦਾ ਕਿ ਵੈਲਿਊ ਐਡਡ ਗੁੱਡਸ ਕੰਜ਼ਿਊਮਿੰਗ ਇੰਡਸਟਰੀ ਨੂੰ ਇਨਸੈਂਟਿਵਸ ਦਿੱਤੇ ਜਾਣਗੇ ਲਾਈਕ ਤਮਿਲਨਾਡੂ ਦੇ ਵਿੱਚ ਕਾਫੀ ਜ਼ਿਆਦਾ ਜਦਕਿ ਪਾਵਰ ਸ਼ਾਰਟੇਜ ਆ ਉੱਥੇ ਉੱਥੇ ਬਹੁਤ ਇੰਡਸਟਰੀ ਅੱਟੋ ਪੱਟ ਦੀ ਚਲੀ ਗਈ ਬਹੁਤ ਇੰਡਸਟਰੀ ਕਾਰ ਮੈਨੂਫੈਕਚਰਰ ਟਰੱਕ ਮੈਨੂਫੈਕਚਰਰਸ ਉੱਥੇ ਚਲੇ ਗਏ ਪੂਨਾ ਡਿਵੈਲਪ ਹੋ ਗਿਆ ਕੋਇੰਬਟੂਰ ਡਿਵੈਲਪ ਹੋ ਗਿਆ ਇਸੇ ਤਰ੍ਹਾਂ ਰਾਜਕੋਟ ਡਿਵੈਲਪ ਹੋ ਗਿਆ ਇਸੇ ਤਰ੍ਹਾਂ ਹੋਰ ਬਾਕੀ ਜਿਹੜੇ ਸੂਬੇ ਨੇ ਫਰੀਦਾਬਾਦ ਹੋ ਗਿਆ ਅੱਜ ਰੋਹਤਕ ਬਿਲਕੁਲ ਜੱਟੂ ਸ਼ਹਿਰ ਸੀ ਬਿਲਕੁਲ ਅਨਪੜ੍ਹ ਗਵਾਰ ਸੀ ਅੱਜ ਰੋਹਤਕ ਦੇ ਵਿੱਚ ਮਾਰੂਤੀ ਕਰਕੇ ਕਾਫੀ ਇੰਡਸਟਰੀ ਆ ਗਈ ਜੇ ਪੰਜਾਬ ਤੋਂ ਵੀ ਬਹੁਤ ਨੈਚੁਰਲ ਸੋਰਸਿਸ ਤੋਂ ਦੂਰ ਹੈ ਸੀ ਪੋਰਟਸ ਤੋਂ ਦੂਰ ਹੈ ਜੇ ਇੱਥੇ ਦੀ ਇੰਡਸਟਰੀ ਨੂੰ ਬਚਾਉਣਾ ਤਾਂ ਤੁਸੀਂ ਇਸ ਤਰ੍ਹਾਂ ਦੀ ਇੰਡਸਟਰੀ ਨੂੰ ਇਨਸੈਂਟਿਵ ਦੇ ਦਿਓ ਕੋਈ ਇਤਰਾਜ਼ ਨਹੀਂ ਤੁਸੀਂ ਉਹਨਾਂ ਨੂੰ ਸਾਰੀ ਸਬਸਿਡੀ ਦੇ ਦਿਓ ਉਹਨਾਂ ਨੂੰ ਛੂਟ ਦੇ ਦਿਓ ਲੇਕਿਨ ਉਹਨਾਂ ਨੂੰ ਕਹੋ ਵੀ ਇੰਡਸਟਰੀ ਇਸ ਤਰ੍ਹਾਂ ਦੀ ਖਾਸ ਕਰਕੇ ਗੋਬਿੰਦਗੜ੍ਹ ਦੇ ਇਲਾਕੇ ਦੇ ਵਿੱਚ ਲਾ ਲੈਣ ਤਾਂ ਜੋ ਕੋਈ ਸਾਡਾ ਦੋਸਤ ਗੇਅਰ ਬਣਾਵੇ ਕੋਈ ਬੁਸ਼ ਬਣਾਵੇ ਕੋਈ ਬੈਰਿੰਗ ਬਣਾਵੇ ਕੋਈ ਛੋਟੇ ਮੋਟੇ ਉਦਯੋਗ ਜਿਹੜੇ ਹੈ ਇਸ ਤਰ੍ਹਾਂ ਦੇ ਚੱਲ ਸਕਣ ਅਤੇ ਪੰਜਾਬ ਦੀ ਇੰਡਸਟਰੀ ਵੱਧ ਸਕੇ ਥੈਂਕ ਯੂ ਮਿਹਰਬਾਨੀ ਜ਼ਰੂਰ ਜੀ ਆਪਾਂ ਦੇਖਾਂਗੇ ਕਿ ਕਿਹੜੇ ਕਿਹੜੇ ਜ਼ੋਨ ਦੇ ਵਿੱਚ ਕਿਹੋ ਜਿਹੀ ਇੰਡਸਟਰੀ ਜਿਹੜੀ ਆ ਉਹ ਉੱਭਰ ਸਕਦੀ ਹੈ ਇਹ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਵੈਸੇ ਅਸੀਂ ਕਿਉਂਕਿ ਆ ਕਿਸਾਨ ਮੈਨੀਫੈਸਟੋ ਹੁਣੇ ਰਿਲੀਜ਼ ਕੀਤਾ ਵਾ ਉਹਦੇ ਸਾਡੀ ਕੋਸ਼ਿਸ਼ ਇਹ ਆ ਕਿ ਕੁਝ ਏਰੀਆਜ਼ ਦੇ ਵਿੱਚ ਉੱਥੇ ਐਗਰੋ ਇੰਡਸਟਰੀ ਨੂੰ ਵੀ ਬੜਾਵਾ ਦਿੱਤਾ ਜਾ ਸਕੇ ਇਹ ਦਿਸ਼ਾ ਫੈਰੇ ਫਿਰ ਜ਼ਿਆਦਾ ਸਟੀਲ ਇੰਡਸਟਰੀ ਆ ਇੱਥੋਂ ਵਾਸਤੇ ਜੋ ਰੈਲੀਵੈਂਟ ਨਹੀਂ ਪਰ ਕੁਝ ਥਾਵਾਂ 'ਤੇ ਐਗਰੋ ਇੰਡਸਟਰੀ ਨੂੰ ਵੀ ਬੜਾਵਾ ਦਿੱਤਾ ਪਿਆ ਇੰਡਸਟਰੀ ਜਿਹੜੀ ਆ ਉਸ ਏਰੀਆ ਹੋਵੇ ਪਰ ਲੋਕਾਂ ਨੂੰ ਟ੍ਰੇਨ ਕੀਤਾ ਜਾ ਸਕੇ ਜਿਹੜੇ ਫਾਰਮਰ ਨੇ ਜ਼ਿਮੀਦਾਰਾਂ ਨੇ ਐਗਰੋ ਇੰਡਸਟਰੀ ਲਾਉਣ ਦੇ ਜਿਹੜੇ ਚਾਹਵਾਨ ਆ ਉਹ ਦੂਜੇ ਮੁਲਕਾਂ ਜਾ ਕੇ ਦੇਖ ਸਕਣ ਐਗਰੋ ਇੰਡਸਟਰੀ ਕਿਹੋ ਜਿਹੀ ਹੈ ਦਿੱਲੀ ਦੇ ਵਿੱਚ ਕਿਉਂਕਿ ਅਸੀਂ ਜਿਹੜਾ ਪ੍ਰਾਈਵੇਟ ਸਕੂਲ ਸਿਸਟਮ ਹੈ ਉਹਦੇ 'ਤੇ ਨਫ ਪਾਈ ਆ ਔਰ ਜਿਹੜਾ ਉੱਥੇ ਸਰਕਾਰੀ ਸਕੂਲ ਅਦਾਰੇ ਆ ਉਹਨਾਂ ਨੂੰ ਅਸੀਂ ਬੜਾਵਾ ਦਿੱਤਾ ਵਾ ਔਰ ਉਹਦੇ ਵਿੱਚ ਸਾਡੇ ਅਸੀਂ ਉਹਦੇ ਟੀਚਰਸ ਨੂੰ ਬਾਹਰ ਟ੍ਰੇਨਿੰਗ ਵਾਸਤੇ ਭੇਜਿਆ ਸੀ ਕਈ ਸੈਕਟਰ ਟੀਚਰਸ ਜਿਹੜੇ ਆ ਉਹ ਬਾਹਰਲੇ ਮੁਲਕਾਂ ਦੇ ਟ੍ਰੇਨਿੰਗ ਵਾਸਤੇ ਗਏ ਸਾਡੀ ਕੋਸ਼ਿਸ਼ ਆ ਕਿ ਆਮ ਆਦਮੀ ਜਿਹੜਾ ਵਾ ਆਮ ਇੰਡਸਟਰੀਅਲ ਫਾਰਮਰ ਟੀਚਰ ਉਹ ਬਾਹਰ ਜਾ ਕੇ ਐਕਸਪੀਰੀਅੰਸ ਗੇਨ ਕਰਕੇ ਟ੍ਰੇਨਿੰਗ ਗੇਨ ਕਰਕੇ ਵਾਪਸ ਆ ਸਕੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਸੱਤਾ 'ਚ ਆਇਆ ਨੂੰ ਆਲਮੋਸਟ 1.5 ਸਾਲ ਹੀ ਹੋਇਆ ਵਾ ਸ਼ਾਇਦ ਉਹ ਪਹਿਲੀ ਵਾਰੀ ਹੁਣ ਬਾਹਰਲੇ ਕਿਸੇ ਮੁਲਕ ਦੇ ਦੌਰੇ 'ਤੇ ਗਏ ਆ ਹੁਣ ਤੱਕ ਉਹ ਦੂਜਿਆਂ ਨੂੰ ਭੇਜ ਰਹੇ ਆ ਇਹ ਵੀ ਸਾਡੀ ਕੋਸ਼ਿਸ਼ ਆ ਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਉਸ ਇੰਡਸਟਰੀ 'ਚੋਂ ਹਾਂ ਸਰ ਕਿ ਜਿਹੜੀ ਇੰਡਸਟਰੀ ਦੇ ਸਾਡੇ ਦੋਸਤੀ ਨੇ ਸਾਡੇ ਸਮਾਜ ਦੇ ਵਿੱਚ ਜਿਹਨੂੰ ਲੋਕ ਮਿਲਣਾ ਘੱਟ ਪਸੰਦ ਕਰਦੇ ਨੇ ਬੋਲਣਾ ਘੱਟ ਪਸੰਦ ਕਰਦੇ ਨੇ ਨੇੜੇ ਘੱਟ ਆਉਣਾ ਪਸੰਦ ਕਰਦੇ ਨੇ ਸਿਰਫ ਉਸ ਟਾਈਮ ਜ਼ਰੂਰ ਯਾਦ ਕਰਦੇ ਜਦੋਂ ਕੋਈ ਖਿਡਾਰੀ ਕਰਦਾ ਤਾਂ ਜਾਂ ਫਿਰ ਇਨਕਮ ਟੈਕਸ ਦੀ ਰਿਬੇਟ ਲੈਣੀ ਹੁੰਦੀ ਹੈ ਮਾਰਚ ਦੇ ਵਿੱਚ ਮੇਰਾ ਮਤਲਬ ਹੈ ਲਾਈਫ ਇੰਸ਼ੋਰੈਂਸ ਮੈਂ LIC ਦੇ ਵਿੱਚ ਮੇਰਾ ਨਾਮ ਹਰਦੀਪ ਸਿੰਘ ਹੈ LIC ਦੇ ਵਿੱਚ ਮੈਂ ਪਿਛਲੇ 30 ਸਾਲ ਤੋਂ ਕੰਮ ਕਰ ਰਿਹਾ ਐਜ਼ ਏ ਚੀਫ ਐਡਵਾਈਜ਼ਰ ਮੇਰੇ ਕੋਲ 25-30 ਅੱਗੇ ਏਜੰਟ ਬਣਾਏ ਹੋਏ ਨੇ ਔਰ ਇਸ ਇੰਡਸਟਰੀ ਦੀ ਬਦੌਲਤ ਕਿਉਂਕਿ ਇੰਡਸਟਰੀ ਸਾਡੀ ਇੱਥੇ ਗੋਬਿੰਦਗੜ੍ਹ ਦੀ ਖਤਮ ਹੋ ਗਈ ਮੈਂ ਆਪਣੇ ਕਈ ਏਜੰਟਸ ਨੂੰ ਨੌਕਰੀ ਛਡਵਾ ਦਿੱਤੀ ਕਈਆਂ ਦੇ ਕੰਮ ਛਡਵਾ ਦਿੱਤੇ ਕਿ ਇਹ ਕੰਮ ਵਧੀਆ ਇੱਥੇ ਆਓ ਲੇਕਿਨ ਹੋਇਆ ਕਿ ਉਹ 3-3 ਮਹੀਨੇ ਹੋ ਗਏ 4-4 ਮਹੀਨੇ ਹੋ ਗਏ ਉਹਨਾਂ ਕੋਲ ਕੋਈ ਰੁਜ਼ਗਾਰ ਨਹੀਂ ਯਾਨੀ ਪ੍ਰਸਿੱਧੀ ਨਿਕਲ ਰਹੀ ਇਨਵੈਸਟਮੈਂਟ ਹੋ ਰਹੇ ਨੇ ਕਿਉਂਕਿ ਪੈਸਾ ਹੈ ਨਹੀਂ ਲੋਕਾਂ ਕੋਲ ਕਿਸ਼ਤਾਂ ਨਹੀਂ ਭਰ ਰਹੇ ਲੋਕ ਲੋਨ ਲੈ ਰਹੇ ਕੁਰਸੀਆਂ ਬੰਦ ਹੋ ਰਹੀਆਂ ਔਰ ਇਸ ਤੋਂ ਪਹਿਲਾਂ ਮੈਂ ਦੱਸਦਾ ਕਿ ਮੇਰਾ ਨਾਮ ਹਰਦੀਪ ਸਿੰਘ ਹੈ ਮੈਂ ਆਪਣੀ ਜਿਹੜੀ ਸਾਡੀ ਏਜੰਟਸ ਐਂਡ ਚੀਫ ਐਡਵਾਈਜ਼ਰ ਦੀ
ਐਸੋਸੀਏਸ਼ਨ ਹੈ ਉਹਦਾ ਡਿਵੀਜ਼ਨ ਪ੍ਰੈਜੀਡੈਂਟ ਹੈ ਚੰਡੀਗੜ੍ਹ ਦਾ ਔਰ ਤਕਰੀਬਨ 7 ਜ਼ਿਲ੍ਹੇ ਸਾਡੀ ਡਿਵੀਜ਼ਨ ਦੇ ਵਿੱਚ ਪੈਂਦੇ ਨੇ ਪੰਜਾਬ ਦੇ ਔਰ ਨਾਲ ਚੰਡੀਗੜ੍ਹ ਦੇ ਸਭ ਤੋਂ ਪਹਿਲਾਂ ਤਾਂ ਮੈਂ ਥੈਂਕਸ ਕਰਦਾ ਅਮਨ ਅਰੋੜਾ ਜੀ ਦਾ ਔਰ ਐਪਰੀਸ਼ੀਏਟ ਕਰਦਾ ਹੈ ਕਿ ਜਿਨ੍ਹਾਂ ਨੇ ਪਹਿਲੀ ਵਾਰ ਮੈਨੂੰ 30 ਸਾਲ ਹੋ ਗਏ ਇਸ ਇੰਡਸਟਰੀ ਦੇ ਵਿੱਚ ਪਹਿਲੀ ਵਾਰ ਕਿਸੇ ਪਾਰਟੀ ਨੇ ਸਾਨੂੰ ਸੱਦਾ ਦਿੱਤਾ ਕਿ ਤੁਸੀਂ ਵੀ ਉੱਥੇ ਆਪਣੇ ਆਪਣੇ ਵਿਚਾਰ ਰੱਖੋ ਮੇਰੇ ਨਾਲ ਗੱਲ ਹੋਈ ਸੀ ਦਰਸ਼ਕਾਂ ਦੀ ਤਾਂ ਸਾਡੇ ਕੀ ਹੈ ਕਿ ਇੱਕ ਬੰਦਾ ਕੋਈ ਵੀ ਏਜੰਟ ਹੈ ਐਨਰਜੀ ਦਾ ਉਹ 30-25 ਸਾਲ ਕੰਮ ਕਰ ਸਕਦਾ ਪਰ ਕੰਮ ਕਰਨ ਤੋਂ ਬਾਅਦ ਉਸ ਟਾਈਮ ਤੋਂ ਰੋਜ਼ੀ ਰੋਟੀ ਚਲਾ ਰਹੇ ਹਾਂ ਚਲੋ ਜਿਵੇਂ ਵੀ ਜਿਵੇਂ ਮੇਰੇ ਏਜੰਟ ਨੇ ਹੁਣ ਉਹ 3-4 ਸਾਲ ਤੋਂ ਕਾਫੀ ਤਰ੍ਹਾਂ ਨਾਲ ਵਿਹਲੇ ਫਿਰ ਰਹੇ ਨੇ ਉਹਨਾਂ ਨੂੰ ਕੁਛ ਨਹੀਂ ਮਿਲ ਰਿਹਾ ਰੋਜ਼ੀ ਰੋਟੀ ਤੋਂ ਨੌਕਰੀ ਵੀ ਨਹੀਂ ਮੈਂ ਕਰਾਉਣ ਦੇ ਰਿਹਾ ਚਲੋ ਮੈਂ ਰਸਤੇ ਦੱਸ ਰਿਹਾ ਉਹਨਾਂ ਨੂੰ ਕੁਛ ਨਾ ਕੁਛ ਚਲਾ ਰਿਹਾ ਸੀ ਤਾਂ ਉਹਨਾਂ ਦਾ ਕਿਸੇ ਦਿਨ ਚੱਲਦਾ ਰਹੇ ਲੇਕਿਨ ਉਹਨਾਂ ਕੋਲ ਫਿਕਸੇਸ਼ਨ ਕੁਛ ਨਹੀਂ ਹੈ ਅਤੇ ਉਹਨਾਂ ਕੋਲ ਕੋਈ ਫਿਕਸ ਮਿਲੇ ਉਹਨਾਂ ਨੂੰ 5,000 ਰੁਪਇਆ 10,000 ਰੁਪਇਆ 15,000 ਰੁਪਇਆ ਤਾਂ ਜੋ ਉਹਨਾਂ ਦਾ ਉਹ ਰੁਜ਼ਗਾਰ ਚੱਲਦਾ ਰਹੇ ਉਹਨਾਂ ਦੀ ਰੋਟੀ ਰੋਜ਼ੀ ਚੱਲਦੀ ਰਹੇ ਉਹਨਾਂ ਦੇ ਬੱਚੇ ਪੜ੍ਹਦੇ ਰਹਿਣ ਲੇਕਿਨ ਉਸ ਤੋਂ ਬਾਅਦ 20-25 ਸਾਲ ਚਲੋ ਬੰਦਾ ਕੰਮ ਕਰਦਾ ਹੈ ਉਸ ਤੋਂ ਬਾਅਦ ਵੀ ਉਹਦੇ ਬੱਚਿਆਂ ਨੇ ਵਿਆਹ ਸ਼ਾਦੀ ਆ ਜਾਂਦੀ ਹੈ ਉਸ ਟਾਈਮ ਤਾਂ ਉਹ ਚਲਾਈ ਜਾਂਦਾ 20-25 ਸਾਲ ਲੇਕਿਨ ਉਸ ਤੋਂ ਬਾਅਦ ਜਦੋਂ ਬੱਚਿਆਂ ਦੀ ਸ਼ਾਦੀ ਕਰਨੀ ਹੈ ਵਿਆਹ ਕਰਨੇ ਨੇ ਉਸ ਟਾਈਮ ਉਹਦੇ ਕੋਲ ਕੁਛ ਨਹੀਂ ਹੁੰਦਾ ਸੋ ਮੈਂ ਪ੍ਰਵੀਨ ਚਾਹੁੰਦਾ ਕਿ ਕੋਈ ਗੌਰਮੈਂਟ ਇਸ ਕਮਿਊਨਿਟੀ ਲਈ ਵੀ ਕੁਛ ਕਰੇ ਔਰ ਉਸ ਤੋਂ ਬਾਅਦ ਜਦੋਂ ਉਹ ਏਜਡ ਹੋ ਜਾਂਦਾ ਹੈ ਤਾਂ ਵੀ ਉਹਦੇ ਕੋਲ ਕੁਛ ਨਹੀਂ ਹੁੰਦਾ ਕਿਉਂਕਿ ਉਹਨੂੰ ਕੋਈ ਪੈਨਸ਼ਨ ਨਹੀਂ ਲੱਗਣੀ ਉਹਦੇ ਕੋਲ ਕੋਈ ਫੰਡ ਨਹੀਂ ਇਕੱਠਾ ਕੀਤਾ ਜਾਂਦਾ ਕਾਰਪੋਰੇਸ਼ਨ ਵੱਲੋਂ ਉਹਦੇ ਲਈ ਕੁਛ ਨਹੀਂ ਹੁੰਦਾ ਉਹਦੇ ਲਈ ਸੋ ਮੈਂ ਚਾਹੁੰਦਾ ਕੋਈ ਉਹਦੇ ਲਈ ਫਿਕਸੇਸ਼ਨ ਜਿਹੜਾ ਹੈਗਾ ਬਾਅਦ 'ਚ ਵੀ ਤੁਹਾਡੀ ਪਾਰਟੀ ਵੱਲੋਂ ਕੋਈ ਸਾਡੇ ਲਈ ਆਵੇ ਤਾਂ ਕਿ ਉਹ ਵੀ ਸਿਲੈਕਸ਼ਨ ਕਿਉਂਕਿ ਇਹ ਜਿਹੜੀ ਕਮਿਊਨਿਟੀ ਹੈ ਇਹਨੂੰ ਛੋਟਾ ਸਮਝਿਆ ਜਾਂਦਾ ਆਮ ਤੌਰ ਪਰ ਅਗਰ ਗਹਿਰਾਈ ਨਾਲ ਦੇਖਿਆ ਜਾਵੇ ਤਾਂ ਕੰਮ ਬਹੁਤ ਵੱਡਾ ਕਰ ਰਹੀ ਹੈ ਸਾਡਾ 10ਵੀਂ ਪੜ੍ਹਿਆ ਇੱਕ ਏਜੰਟ ਉਹ ਕੰਮ ਕਰ ਦਿਖਾਉਂਦਾ ਜਿਹੜਾ ਫਾਇਨਾਂਸ ਮਿਨਿਸਟਰ ਨਹੀਂ ਕਰ ਸਕਦਾ ਉਹ ਬੈਠ ਕੇ ਗੱਲ ਸੁਣ ਉਹਨੂੰ ਸਮਝਾਉਣਾ ਕਿ ਕੀ ਹੈ ਅਤੇ ਕੀ ਨਹੀਂ ਹੈ ਚਲੋ ਕਹਿ ਸੁਣ ਕੇ ਅਸੀਂ ਇਨਵੈਸਟਮੈਂਟ ਕਰਾ ਲੈਂਦੇ ਹਾਂ ਉਹ ਸਾਰੀ ਜਿਹੜੀ ਪੈਸਾ ਹੈਗਾ ਸਾਰੀ ਜਿਹੜੀ ਇਨਵੈਸਟਮੈਂਟ ਆ ਸਾਡੇ ਦੋਸਤਾਂ ਦੀ ਸਾਡੇ ਸਮਾਜ ਦੀ ਉਹ ਪੂਰੇ ਦੇਸ਼ ਨੂੰ ਚਲਾ ਰਹੀ ਹੈ ਇਸ ਟਾਈਮ ਜਿਹੜੀ ਐਨਰਜੀ ਆਫ ਇੰਡੀਆ ਦੀ ਗਰੰਟੀ ਗੌਰਮੈਂਟ ਨੇ ਲਈ ਹੋਈ ਹੈ ਕਿ ਅਗਰ ਐਨਰਜੀ ਆਫ ਇੰਡੀਆ ਖਤਮ ਹੁੰਦੀ ਹੈ ਤਾਂ ਜਿਹੜੀ ਸਟੇਟ ਸੈਂਟਰਲ ਗੌਰਮੈਂਟ ਹੈ ਇੰਡੀਆ ਦੀ ਗੌਰਮੈਂਟ ਹੈ ਤਾਂ ਪੈਸਾ ਸਾਰੇ ਲੋਕਾਂ ਦਾ ਆਪ ਦੋ ਲੇਕਿਨ ਹੋਇਆ ਉਲਟ ਹੋਇਆ ਇਨਵੈਸਟਮੈਂਟ ਇੰਨੀ ਕੋਈ ਹੈ ਅਸੈਟਸ ਕਾਰਪੋਰੇਸ਼ਨ ਕੋਲ ਇੰਨੇ ਕੁ ਨੇ ਕਿ ਅਗਰ ਇੰਡੀਆ ਗੌਰਮੈਂਟ ਫੇਲ ਹੋ ਜਾਂਦੀ ਤਾਂ ਕਾਰਪੋਰੇਸ਼ਨ ਇੱਕੋ ਹੀ ਬਹੁਤ ਆਈਆਂ ਲੋਹਾਂ ਲੈਣ ਦੇ ਲਈ ਜਿਹੜਾ ਕਿ ਅੱਜ ਕੱਲ੍ਹ ਹੋ ਵੀ ਰਿਹਾ 17,000 ਕਰੋੜ ਰੁਪਇਆ ਜਿਹੜਾ ਹੈਗਾ ਰੇਲਵੇ ਨੂੰ ਦਿੱਤਾ ਜਾ ਰਿਹਾ 5 ਸਾਲਾਂ ਦੇ ਵਿੱਚ ਸੋ ਮੇਰੇ ਕਹਿਣ ਦਾ ਖੈਰ ਮੈਂ ਦੂਜੀ ਗੱਲ ਨਾ ਕਰਾਂ ਆਪਣੀ ਗੱਲ ਕਰਾਂ ਮੈਂ ਆਪਣੇ ਦੋਸਤਾਂ ਦੀ ਗੱਲ ਕਰਾਂ ਕਿ ਜਿਵੇਂ ਗ੍ਰੈਚੁਟੀ ਹੈ ਗ੍ਰੈਚੁਟੀ ਸਾਰੇ ਸਰਕਾਰੀ ਜਿਹੜੇ ਅਦਾਰੇ ਨੇ ਸਾਰੇ ਸਰਕਾਰੀ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਮੇਰੇ ਖਿਆਲ 20 ਲੱਖ ਦੇ ਕਰੀਬ ਗ੍ਰੈਚੁਟੀ ਹੋ ਗਈ ਹੈ ਸੋ ਇਹ ਜਿਹੜੀ ਗ੍ਰੈਚੁਟੀ ਅਸੀਂ ਵੀ ਚਾਹੁੰਦੇ ਹਾਂ ਅਤੇ ਸਾਡੇ ਇਸ ਕਮਿਊਨਿਟੀ ਲਈ ਵੀ ਹੋਣੀ ਚਾਹੀਦੀ ਤਾਂ ਕਿ ਉਹ ਵੀ ਆਪਣਾ ਸੁਰੱਖਿਅਤ ਜਿਹੜਾ ਕਰ ਸਕਣ ਬਾਕੀ ਮੈਂ ਦੇਖ ਕੇ ਦਿੱਤਾ ਹੋਇਆ ਬਹੁਤ ਸਾਰੇ ਇਹ ਜਿਹੜੀ ਲਿਖ ਕੇ ਦੇ ਤਾਂ ਆਉਣਾ ਜੀ ਮੈਂ ਗੱਲ ਲੱਭੀ ਨਹੀਂ ਜਾ ਰਿਹਾ ਕਿਉਂਕਿ ਮੈਨੂੰ ਮੈਂ ਪਹਿਲਾਂ ਹੀ ਕਹਿ ਤਾਂ ਕਿ ਸਾਡੀ ਗੱਲ ਸੁਣਨ ਲੋਕ ਘੱਟ ਤਿਆਰ ਹੁੰਦੇ ਨੇ ਬੰਦੇ ਸੋ ਮੈਂ ਪੰਜਾਬ ਲੈਵਲ 'ਤੇ ਵੀ ਆਪਣੇ ਦੋਸਤਾਂ ਨੂੰ ਪ੍ਰਜੈਂਟੀ ਜਿਹੜੀ ਤੁਹਾਨੂੰ ਮਿਲਣਾ ਚਾਹੁੰਦਾ ਉਹਦੇ ਲਈ ਟਾਈਮ ਲੈਣਾ ਚਾਹੁੰਦਾ ਤਾਂ ਕਿ ਤੁਹਾਨੂੰ ਅੱਛੀ ਤਰ੍ਹਾਂ ਸਮਝਾ ਸਕਾਂ ਕਿ ਪੰਜਾਬ ਲੈਵਲ ਲਈ ਇਹ ਕੀ ਕਰ ਸਕਦੀ ਕਮੇਟੀ ਔਰ ਕੀ ਕਰ ਰਹੀ ਹੈ ਥੈਂਕ ਯੂ ਮਿਹਰਬਾਨੀ ਜੀ ਮੈਂ ਦੇਖ ਲਿਆ ਵਾ ਤੁਹਾਡਾ ਲੈਟਰ ਮਿਲ ਗਿਆ ਵਾ ਹਰਦੀਪ ਸਿੰਘ ਜੀ ਇਸ 'ਤੇ ਜ਼ਰੂਰ ਗੌਰ ਕਰਾਂਗੇ ਡੈਫੀਨੇਟਲੀ ਨਮਸਕਾਰ ਜੀ ਮੈਂ ਇੱਕ ਬਹੁਤ ਛੋਟਾ ਆਮ ਆਦਮੀ ਹੈ ਮੈਂ ਕਹਿਣਾ ਬਹੁਤਾ ਚਾਹੁੰਦਾ ਨਹੀਂ ਥੋੜ੍ਹੀ ਜਿਹੀ ਵੀ ਕਹੇ ਮੇਰੀ ਗੱਲ ਕੌੜੀ ਵੀ ਹੋ ਗਈ ਜਿਵੇਂ ਭਾਈ ਸਾਹਿਬ ਸੰਭਾਲ ਜੀ ਉਹਨਾਂ ਨੇ ਕਹੇ ਜੀ ਕੌੜੀ ਮੇਰੀ ਗੱਲ ਬਹੁਤ ਕੌੜੀ ਇੰਨੀ ਕੌੜੀ ਸ਼ਾਇਦ ਤੁਸੀਂ ਸੁਣਨਾ ਪਸੰਦ ਨਾ ਕਰੋ ਮਗਰ ਫਿਰ ਵੀ ਮੇਰੀ ਅਰਜ਼ ਹੈ ਕਿ ਤੁਸੀਂ ਲੋਕ ਵੀ ਕੁਛ ਨਹੀਂ ਕਰ ਸਕਦੇ ਇਹ ਪਾਰਟੀ ਦਾ ਵੇਲਾ ਅੱਜ ਆਏ ਸਾਰੇ ਬੰਦੇ ਆਪਣੇ ਆਪਣੇ ਕਹਿ ਰਹੇ ਮੈਂ ਵੀ ਆਪਣੇ ਆਪ ਖੜਾ ਕਰ ਲਵਾਂਗਾ ਤਿਆਰ ਹੋ ਜਾਵਾਂਗਾ ਸਿਰਫ ਇੱਕ ਤੁਸੀਂ ਮਹਿੰਗਾਈ ਜੋ ਤੋੜ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਸ਼ਾਇਦ ਕੰਮ ਦੇ ਦਿੰਦਾ ਤਾਂ ਕੁਛ ਫਾਇਦਾ ਅੱਜ ਇੱਕ ਡੇਢ ਘੰਟਾ ਪਹਿਲਾਂ ਮੈਂ ਟੀਵੀ ਦੇਖਿਆ ਤੂੰ ਉਹਦੇ ਵਿੱਚ ਵੀ ਦਾਲ ਜਿਹੜੀ ਹੈਗੀ 140 ਰੁਪਏ ਨੂੰ ਪਹਿਲੀ ਵਾਰ ਜਿਹੜੀ ਹੈਗੀ ਉਹ 30 ਰੁਪਏ ਮਹਿੰਗੀ ਕੋਈ ਕੁਛ ਨੂੰ ਤਿਆਰ ਪਹਿਲਾਂ ਇੱਕ ਫੇਅਰ ਕਾਰ ਆਉਂਦੀ ਸੀਗੀ 19,000 ਰੁਪਏ ਦੀ ਉਹ ਮਤਲਬ ਅੱਜ ਕੋਈ ਵੀ ਕਾਰ ਮਾਮੂਲੀ ਮਾਰਕੀਟ ਵਿੱਚ 2.25 ਲੱਖ ਰੁਪਏ 3 ਲੱਖ ਰੁਪਏ 2.5 ਲੱਖ ਰੁਪਏ ਇਸ ਤਰ੍ਹਾਂ ਕੋਈ ਵੀ ਬੰਦਾ ਕਿਸੇ ਚੀਜ਼ ਨੂੰ ਆਪਣੇ ਕਲੀਨਿਕ ਸ਼ਰਟ ਇਸ ਟਾਈਪ ਦਾ ਸਮਝਦਾ ਮਾਈਂਡਲੀ ਵੀ ਮੈਂ ਹੈਵੀ ਚੀਜ਼ ਲੈਣੀ ਹੈ ਇੱਕ ਕੁਛ ਦਿਨ ਪਹਿਲਾਂ ਤਾਰਾ ਬਣਿਆ ਸੀਗਾ ਭੋਜਪੁਰੀ 'ਚ ਵੀ ਬਾਲਣ ਤੋਂ ਖੂਬ ਹੀ ਕਮਾਤਾ ਮਗਰ ਮੈਂ ਬਾਈ ਮਹਿੰਗਾਈ ਬਾਲਣ ਡਰ ਖਾਈਦਾ
ਤਾਂ ਇੱਕ ਮਹਿੰਗਾਈ ਖਤਮ ਕੀਤੀ ਜਾਵੇ, ਕੋਸ਼ਿਸ਼ ਕੀਤੀ ਜਾਵੇ ਕਿ ਮਹਿੰਗਾਈ ਕੁਛ ਘਟੇ, ਘਟਾ ਨਹੀਂ ਸਕਦੇ, ਬਹੁਤ ਘੱਟ ਦੇ, ਕਿਉਂ ਚੋਰ ਆਪਾਂ ਹੀ ਹੈ। ਅੱਜ ਮੈਂ ਸੀਟਸ ਨੰਬਰ ਲੈਣਾ, ਬਾਲਾ ਜੀ ਨੇ ਗਾਂਧੀ ਸੀਟ ਨੰਬਰ ਵਾਸਤੇ ਧੱਕੇ ਖਾਣੇ ਪੈਂਦੇ, ਮੈਂ ਨਹੀਂ ਕਹਿੰਦਾ ਮਿਲਿਆ 20,000 ਰੁਪਏ ਨੰਬਰ ਹੁਣ ਉੱਧਰ ਹੀ ਮਿਲਣਾ, ਅੱਜ ਸੇਵ 180 ਰੁਪਏ ਕਿਲੋ ਹੋਣਾ, ਕਿਹਨੂੰ ਮੈਂ ਦਿੱਤੇ ਆਪਾਂ ਨੇ। ਅੱਜ ਇੱਕ ਮਿੰਟ ਲੱਗਦਾ ਕੋਈ ਚੀਜ਼ ਬਾਜ਼ਾਰ 'ਚ ਨਾਓ ਆ ਜਾਵੇ, ਬਿਆਨ ਉਹੀ ਜਿਹੜਾ ਆਇਆ 180 ਰੁਪਏ ਕਿਲੋ, 150 ਰੁਪਏ ਕਿਲੋ ਹੋ ਗਿਆ ਸੀ, ਕਿਉਂ ਹੋ ਗਿਆ? ਸਰਕਾਰ ਪੁੱਛਦੀ ਹੈ ਹੁਣ ਜੀ ਐਸ ਟੀ ਦਾ ਕਿੰਨਾ ਬੜਾ ਹੱਲਾ ਕੀਤਾ, ਇਹਦਾ ਮਹਿੰਗਾਈ ਕੱਢੋਗੇ ਪੈਸੇ ਹੋਣ ਕਿਵੇਂ ਕੱਢ? ਆਪਾਂ ਇੱਥੇ ਚੋਰ ਹਾਂ, ਇੱਕ ਕੁੜੀ ਦਾ ਰਿਸ਼ਤਾ ਕਰਨ ਜਾਂਦੇ ਹਾਂ, ਮੁੰਡਾ ਕੀ ਕਰ, ਸਰਕਾਰੀ ਬੰਦਾ ਵੱਡੀ, ਫਿਰ ਉਹ 5 ਲੱਖ ਰੁਪਏ 10 ਲੱਖ ਲਾ ਦਿੰਦਾ ਜਦੋਂ ਵਿਆਹ ਕਰਦਾ। ਮੇਰਾ ਤਾਂ ਕਹਿ ਤਾਂ ਮੈਂ ਕੋਸ਼ਿਸ਼ ਪਲੀਜ਼ ਇੱਕ ਮਹਿੰਗਾਈ ਦੀ ਜਿਹੜੇ ਇਸ਼ੂ ਹੈ ਨਾ, ਮੈਂ ਇੰਨੀ ਜ਼ਿਆਦਾ ਨਹੀਂ ਕਰ ਸਕਦੇ, ਪਰ ਜਿੰਨੀ ਕਰ ਸਕੀਏ ਘਟਾਈ ਦਾ ਜਿਹੜੇ ਜ਼ੋਰ ਦੇ ਦਿੰਦੇ। ਕਿਉਂਕਿ ਆਪਾਂ ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀਜ਼ ਦੇ ਇਸ਼ੂ ਇੱਥੇ ਡਿਸਕਸ ਕਰਨ ਆਏ ਹਾਂ, ਉੱਥੇ ਵਿਚਾਰ ਸੁਣਨੇ ਹਾਂ। ਮੇਰਾ ਤਾਂ ਖਿਆਲ ਹੈ ਜਿਹੜੇ ਜਿਹੜੇ ਮੇਜਰ ਇਸ਼ੂ ਸੀ, ਬਹੁਤ ਬਹੁਤ ਇਸ਼ੂਜ਼ ਆ, ਉਹ ਕਰੀਬ ਕਰੀਬ ਹੁਣ ਸਾਰੇ ਕਵਰ ਹੋ ਗਏ ਆ। ਜੇ ਕੋਈ ਹੋਰ ਸੱਜਣ ਪੁਆਇੰਟ ਰੇਜ਼ ਕਰਨਾ ਚਾਹੁੰਦਾ ਤਾਂ ਸਾਨੂੰ ਪੁੱਛੋ। ਸਰ ਮੈਡਮ ਤੋਂ ਪੁੱਛਣਾ, ਮੈਂ ਇੱਕ ਪੁਆਇੰਟ ਦੱਸਿਆ ਸੀਗਾ ਕਿ ਜਿਹੜੀ ਪਾਵਰ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ ਉਹ ਕ੍ਰੋਸ ਸਬਸਿਡਾਈਜ਼ ਕੀਤੀ ਜਾ ਰਹੀ ਹੈ, ਕੋਈ ਵੀ ਗਵਰਨਮੈਂਟ ਫੁੱਡ ਵੀ ਗਵਰਨਮੈਂਟ ਕਰਨੋਂ ਆਏਗੀ, ਤੁਸੀਂ ਕਿੱਥੋਂ ਉਹਨੂੰ ਦਿਓਗੇ? ਗਵਰਨਮੈਂਟ ਕੋਲ ਆਪਣਾ ਪੈਸਾ ਤਾਂ ਹੁੰਦਾ ਨਹੀਂ, ਗਵਰਨਮੈਂਟ ਨੇ ਜਿਹੜਾ ਵੀ ਪੈਸਾ ਇਕੱਠਾ ਕਰਨਾ ਹੈ ਵਪਾਰੀਆਂ ਤੋਂ ਜਾਂ ਅਦਾਰਿਆਂ ਤੋਂ ਟੈਕਸੀ ਦੇ ਥਰੂ ਇਕੱਠਾ ਕਰਨਾ, ਤੁਸੀਂ ਕਿੱਥੇ ਫ੍ਰੀ ਜਿਹੜਾ ਉਹ ਪੈਸਾ 5,000 ਕਰੋੜ ਹੈ 6,000 ਕਰੋੜ ਹੈ ਤੁਸੀਂ ਪਾਵਰ ਨੂੰ ਫ੍ਰੀ ਦਿਓਗੇ, ਤੁਸੀਂ ਕਿੱਥੋਂ ਲੈ ਕੇ ਆਓਗੇ ਪੈਸਾ? ਉਹ ਕ੍ਰੋਸ ਸਬਸਿਡੀ ਨਹੀਂ ਹੋਏਗੀ, ਮੈਨੂੰ ਕਮਿਟ ਕਰਨ ਦਿਓ, ਤੁਸੀਂ ਨੈਚੁਰਲੀ ਕੋਈ ਟੈਕਸ ਵਧਾਓਗੇ ਸਾਡੇ 'ਤੇ ਜਾਂ ਹਾਊਸ ਟੈਕਸ ਵਧਾਓਗੇ ਜਾਂ ਕਾਰਪੋਰੇਟ ਵਧਾਓਗੇ, ਫੰਡ ਤੱਕ ਤਾਂ ਆਉਣਗੇ, ਉੱਪਰੋਂ ਤੱਕ ਇਹਨਾਂ ਨੇ ਸੈਂਟਰ ਨੇ ਤੁਹਾਨੂੰ ਦੇਣਾ ਨਹੀਂ, ਸੈਂਟਰ ਨਾਲ ਤੁਹਾਡੀ ਦਿੱਲੀ ਵੀ ਬਣਦੀ ਪੂਰੀ ਵੀ ਬਣਦੀ ਟੈਕਸ ਵੀ ਮਿਲੇਗੀ, ਅਤੇ ਅਸੀਂ ਤੁਹਾਡੀ ਸਪੋਰਟ 'ਚ ਜ਼ਰੂਰ ਆਏ ਹਾਂ, ਪਰ ਤੁਹਾਡੀ ਇਹ ਪੁਆਇੰਟ ਠੀਕ ਹੈ, ਮੈਂ ਅਕਾਊਂਟਿੰਗ ਦੀ ਗੱਲ ਕਰ ਰਿਹਾ, ਪ੍ਰੀ ਪਲਾਨਿੰਗ ਕਰੋ, ਫਿਰ ਮੈਂ ਸੈਕਿੰਡ ਪੁਆਇੰਟ ਬੋਲਣਾ, ਕੋਈ ਹੋਰ ਪੁਆਇੰਟ ਤੁਸੀਂ ਫਾਰਮਰਸ ਨੂੰ ਤੁਸੀਂ ਕਲੇਅਰ ਕੀਤਾ ਬਿਜਲੀ ਫ੍ਰੀ ਦਿਓਗੇ, ਮੈਂ ਇਸ ਗੱਲ ਦਾ ਬਹੁਤ ਜ਼ਿਆਦਾ ਬਹੁਤ ਅਪੋਜ ਕਰਦਾ, ਫਾਰਮਰ ਨੂੰ ਬਿਜਲੀ ਫ੍ਰੀ ਦਿਓ, ਸਿਰਫ ਪੈਟੀ ਫਾਰਮਰ ਨੂੰ, ਟੈਨੀ ਫਾਰਮਰ ਨੂੰ ਜਿਹੜਾ ਅਫੋਰਡ ਨਹੀਂ ਕਰਦਾ, ਜੇ 5 ਕਿੱਲੇ 7 ਕਿੱਲੇ ਕੋਈ ਲਿਮਿਟ ਲਗਾ ਦਿਓ, ਇੱਕ ਫਾਰਮਰ ਹੈ ਤੁਸੀਂ ਨਾਮ ਨਾਲ ਪੋਲੀਟੀਕਲ ਬੰਦੇ ਆ, ਜੇ ਉਹ 5 ਕਿੱਲੇ 500 ਕਿੱਲੇ ਕਿਸੇ ਕੋਲ 200 ਕਿੱਲੇ ਆ, ਉਹਨਾਂ ਨੂੰ ਫ੍ਰੀ ਬਿਜਲੀ ਦੇਣ ਦਾ ਕੀ ਦੁੱਖ ਬਣਦਾ ਜੀ? ਉਹਨਾਂ ਨੂੰ ਕੋਈ ਫ੍ਰੀ ਬਿਜਲੀ ਹੋਣੀ ਚਾਹੀਦੀ, ਉਹਨਾਂ ਨੂੰ ਕੰਟਰੋਲ ਰੇਟ 'ਤੇ ਬਿਜਲੀ ਦੇ ਦਿਓ, ਸਾਨੂੰ 3 ਰੁਪਏ 60 ਪੈਸੇ ਕੋਸਟ ਕਰਕੇ 3 ਰੁਪਏ 60 ਪੈਸੇ ਕੋਸਟ 'ਤੇ ਬਿਜਲੀ ਦੇ ਦਿਓ, ਬਟ ਟਾਈਨੀ ਫਾਰਮਰ ਹੈ ਉਹਨੂੰ ਜ਼ਰੂਰ ਬਿਜਲੀ ਫ੍ਰੀ ਦਿਓ, ਉਹ 5 ਕਿੱਲੇ ਕੋਈ ਲਿਮਿਟ ਫਿਕਸ ਕਰੋ, 5 ਕਿੱਲੇ ਜਾਂ 10 ਕਿੱਲੋ ਤੁਸੀਂ ਸਟੱਡੀ ਕਰਕੇ ਫਾਰਮਰ ਦੇ ਨਾਲ ਬੈਠ ਕੇ ਉਹਨਾਂ ਫ੍ਰੀ ਦਿਓ, ਤੁਸੀਂ ਅਕਰੋਸ ਦਾ ਬੋਰਡ 'ਤੇ ਸਾਨੂੰ ਫ੍ਰੀ, ਉਹ ਚੋਰੀ ਵੀ ਹੁੰਦੀ ਹੈ ਮਿਸਯੂਜ਼ ਵੀ ਹੁੰਦੀ ਹੈ, ਬਾਕੀ ਸਰਕਾਰ ਬਣ ਲੈਂਦੇ ਇਹਦੇ ਤੇ ਅਸੀਂ ਇੰਟਰਨਲ ਮੀਟਿੰਗਸ ਦੇ ਵਿੱਚ ਵਿਚਾਰ ਕੀਤਾ ਵਾ ਕਿ ਇਹ ਕਿਵੇਂ ਅਸੀਂ ਕਰਾਂਗੇ, ਕੋਈ ਸਿਸਟਮ ਦੇ ਐਸਪੀਰੇਸ਼ਨ ਸਹੀ ਨਹੀਂ ਹੋਊਗਾ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਕਹੀਏ। ਬਾਕੀ ਇਹ ਜ਼ਰੂਰ ਆ ਕਿ ਜੋ ਵੀ ਅਸੀਂ ਸਿਸਟਮ ਲੈ ਕੇ ਆਵਾਂਗੇ ਉਹਦੇ 'ਚ ਟੋਟਲ ਪਾਰਦਰਸ਼ਤਾ ਹੋਊਗੀ, ਔਰ ਸਾਡੀ ਕੋਸ਼ਿਸ਼ ਹੋਊਗੀ ਕਿ ਤੁਹਾਡੇ ਲੋਕਾਂ ਦੇ ਨਾਲ, ਵਪਾਰੀਆਂ ਦੇ ਨਾਲ, ਵਪਾਰੀ ਵਰਗ ਨਾਲ, ਜਸਟਿਸ ਨਾਲ, ਇਹ ਸਾਰਾ ਵਿਚਾਰ ਕਲਪਨਾ ਕਰਕੇ ਆਪਾਂ ਕੋਈ ਨਾ ਕੋਈ ਸਿਸਟਮ ਜਿਹੜਾ ਵਾ ਉਹ ਤਿਆਰ ਕਰਾਂਗੇ। ਇਸ ਵੇਲੇ ਪਾਰਟੀ ਦੇ ਵਿੱਚ ਵੀ ਜਦੋਂ ਅਸੀਂ ਕਿਸਾਨਾਂ ਵਾਲਾ ਉਸ ਤੋਂ ਪਹਿਲਾਂ ਯੂਥ ਮੈਨੀਫੈਸਟੋ ਤਿਆਰ ਕਰ ਰਹੇ ਸੀ ਉਦੋਂ ਵੀ ਕਾਫੀ ਸਾਡੀ ਡਿਸਕਸ਼ਨ ਹੋਈ ਕਿ ਆਪਾਂ ਇਹ ਸਬਸਿਡੀ ਜਿਹੜੀਆਂ ਮਿਲ ਰਹੀਆਂ ਹਨ ਕਿੰਨੀ ਕਰਨੀ ਚਾਹੀਦੀ ਹੈ, ਜਿੰਨੀ ਕਰਨੀ ਉਹਦੇ 'ਚ ਪ੍ਰੋਬਲਮ ਇਹ ਆਈ ਇਸ ਵੇਲੇ ਕਿ ਇਸ ਵੇਲੇ ਜਿਹੜੀ ਪੰਜਾਬ ਦੀ ਜਿਹੜੀ ਕਿਸਾਨੀ ਆ ਜੋ ਇੰਡਸਟਰੀ ਦਾ ਹਾਲ ਆ ਉਹੀ ਗਰੀਬ ਗਰੀਬ ਕਿਸਾਨੀ ਦਾ ਹਾਲ ਹੈ। ਆਪਾਂ ਅੱਜ ਕਹੀਏ ਕਿ ਪੰਜਾਬ ਦੀ ਛੋਟੀ ਇੰਡਸਟਰੀ ਬਿਲਕੁਲ ਸਫ਼ਰ ਕਰ ਗਈ, ਵੱਡੀ ਇੰਡਸਟਰੀ ਬਹੁਤ ਸਫ਼ਰ ਕਰ ਗਈ, ਇੰਡਸਟਰੀ ਅਤੇ ਸਾਰੀ ਇੰਡਸਟਰੀ ਨੂੰ ਉਹੀ ਹਾਲ ਹੈ, ਕਿਸਾਨੀ ਦਾ ਵੀ ਉਹੀ ਹਾਲ ਹੈ। ਸੋ ਸਾਡੀ ਕੋਸ਼ਿਸ਼ ਆ ਕਿਉਂਕਿ ਕਿਸੇ ਨੇ ਹਾਲੇ ਤੱਕ ਕਿਸਾਨੀ ਦਾ ਕੋਈ ਪ੍ਰੋਪਰ ਹੱਲ ਲੱਭਿਆ, ਅਸੀਂ ਲਗਾਤਾਰ ਇੱਕੋ ਹੀ ਸਿਸਟਮ ਬਣਾਇਆ ਵਾ, ਕਣਕ ਝੋਨਾ ਬੀਜੀ ਜਾ ਰਹੇ ਹਾਂ, ਕਿਸੇ ਨੇ ਡਾਈਵਰਸਿਫਿਕੇਸ਼ਨ ਦੀ ਗੱਲ ਕਰਦੇ ਸੀ, ਅਸੀਂ ਇਹ ਸਿਸਟਮ ਇਹੋ ਜਿਹਾ ਸੌਖਾ ਸਿਸਟਮ ਕਰ ਲਿਆ। ਮੈਂ ਕਿਉਂਕਿ ਆਪ ਥੋੜ੍ਹਾ ਬਹੁਤ ਮੈਨੂੰ ਦਿਲਚਸਪੀ ਵੀ ਹੋਇਆ, ਮੇਰਾ ਕਿਸਾਨ ਦੇ ਨਾਲ ਬਾਅਦ ਵਿੱਚ ਆਇਆ, ਥੋੜ੍ਹੀ ਬਹੁਤ ਆਪ ਵੀ ਕਿਸਾਨੀ ਕਰਦਾ ਕਿਸੇ ਵੇਲੇ, ਅੱਜ ਤੋਂ ਸਿਰਫ 30-40 ਸਾਲ ਪਹਿਲਾਂ ਡਾਈਵਰਸਿਫਿਕੇਸ਼ਨ ਹੁੰਦੀ ਸੀ ਅਤੇ ਕੋਈ ਚੀਜ਼ ਨਹੀਂ, ਇੱਕ ਨਵੀਂ ਚੀਜ਼ ਅਸੀਂ ਇੰਟਰੋਡਿਊਸ ਕਰ ਲੱਗੇ ਹਾਂ। ਤੁਹਾਨੂੰ ਪਤਾ ਵਾ ਇਸ ਇਲਾਕੇ 'ਚ ਵੀ ਗੰਨਾ ਵੀ ਬੀਜੀਦਾ ਸੀ, ਸਬਜ਼ੀਆਂ ਵੀ ਲੋਕ ਬੀਜਦੇ ਸੀਗੇ, ਮੱਕੀ ਵੀ ਬੀਜੀਦੀ ਸੀ, ਸਭ ਕੁਝ ਹੀ ਬੀਜਿਆ ਜਾਂਦਾ ਸੀ।
ਸਾਰਾ ਜਿਹੜਾ ਮਾਲ ਵਾ ਉੱਥੇ ਨਰਮਾ ਬੀਜਿਆ ਜਾਂਦਾ ਸੀਗਾ ਇਤਿਹਾਸ 'ਚ। ਸੋ ਇਹ ਸਭ ਕੁਛ ਹੁੰਦਾ ਸੀ। ਸਾਡੀ ਕੋਸ਼ਿਸ਼ ਆ ਕਿ ਕਿਸਾਨ ਨੂੰ ਬੜੇ ਬੜੀ ਡਾਈਵਰਸੀਫਿਕੇਸ਼ਨ ਘਰ ਲੈ ਕੇ ਜਾਈਏ। ਡਾਈਵਰਸੀਫਿਕੇਸ਼ਨ ਤਦ ਹੀ ਹੋਣੀ ਆ ਜੇ ਉਹਨਾਂ ਫਸਲਾਂ ਦੀ ਪ੍ਰੋਪਰ ਮਾਰਕੀਟਿੰਗ ਮਿਲੂ, ਆਪਣੇ ਆਪ ਹੀ ਜਲਦੀ ਮਾਰਕੀਟ ਸਹੀ ਕਰ ਕੇ ਕੁਛ ਵੀ ਕਰਨ ਦੀ ਲੋੜ। ਪਿੱਛੇ ਜਿਹੜਾ ਅਬੋਹਰ ਹਰਿਆਣਾ ਦਾ ਸਿਰਸਾ ਏਰੀਆ ਵਾ, ਰਾਜਸਥਾਨ ਦੇ ਕਮਿਨਾ ਦੇ ਏਰੀਆ ਵਾ, ਉੱਥੇ ਗੁਆਰਾ ਬੜਾ ਸਾਡੇ ਲੋਕ ਬੀਜੇ ਲੱਗ ਪਏ। ਕਿਉਂ? ਕਿਉਂਕਿ ਗੁਆਰੇ ਦੀ ਕੀਮਤ ਬੜੀ ਚੰਗੀ ਮਿਲ ਜਾ, ਗੁਆਰ ਕੰਮ ਬਣ ਗਈ ਸੀਗੀ ਗੁਆਰਾ। ਸੋ ਸਹੀ ਮਾਰਕੀਟਿੰਗ ਹੋ ਜਾਏ ਤਾਂ ਆਪਣੇ ਆਪ ਹੀ। ਸੋ ਸਾਡੀ ਕੋਸ਼ਿਸ਼ ਆ ਕਿ ਇੱਕ ਵਾਰੀ ਇਹ ਸਾਰੇ ਬੈਨੀਫਿਟ ਦੇ ਕੇ ਕਿਸਾਨ ਨੂੰ, ਕਿਸੇ ਵੀ ਇੰਡਸਟਰੀ ਨੂੰ, ਅਸੀਂ ਇੱਕ ਵਾਰੀ ਇੰਪਾਵਰ ਕਰਕੇ ਚਾਲੂ ਕਰ ਲਈਏ। ਉਸ ਤੋਂ ਬਾਅਦ ਅਸੀਂ ਫਿਰ ਸਿਲੈਕਟਿਵ ਹੋਣ ਦੀ ਕੋਸ਼ਿਸ਼ ਕਰਾਂਗੇ। ਪਰ ਹਾਲੀ ਆਪਾਂ ਨੂੰ ਲੋੜ ਇਹੋ ਹੀ ਆ ਕਿ ਉਹਨਾਂ ਦਾ ਹੱਥ ਬਾਹ ਫੜਨ ਦੀ ਲੋੜ। ਜੇ ਉਹਨਾਂ ਤੋਂ ਤੁਸੀਂ ਵਿਦਡਰਾਅ ਕਰ ਲਓਗੇ ਉਹ ਹੋਰ ਡੁੱਬ ਜੂ ਜਾਂਦੇ। ਸੋ ਇਹ ਸਾਡੀ ਕੋਸ਼ਿਸ਼ ਆ। ਪਲੀਜ਼ ਸਾਰੇ 100% ਸਪਿਰਿਟ ਦੇ ਹੈਗੇ। ਮੈਂ ਤੁਹਾਡੀ ਗੱਲ ਵੀ ਮੈਂ ਸਪਿਰਿਟ ਸਮਝਦਾ ਬਿਲਕੁਲ। ਬੇਸਿਕਲੀ ਸਰ, ਬੇਸਿਕਲੀ ਤੁਸੀਂ ਕਹਿ ਰਹੇ ਹੋ ਮੈਂ ਜਿਹੜੇ ਤੁਸੀਂ ਅੱਜ ਜਿੰਨੀ ਵੀ ਮਰਸੀਡੀ ਹੈ ਪਜੇਰੋ ਵਿਕਦੀ ਆ ਉਹ 200 ਏਕੜ ਮੰਡੀ ਨਹੀਂ ਖਰੀਦਦੀ। ਜੇ ਤੂੰ 200 ਏਕੜ ਜ਼ਮੀਨ ਆ ਉਹੀ ਖਰੀਦਦਾ, ਉਹ ਫਾਰਮਰ ਵੈਲ ਆਫ ਹੈ। ਤੁਸੀਂ 200 ਏਕੜ ਵਾਲੇ ਬੰਦੇ ਨੂੰ ਫ੍ਰੀ ਪਾਵਰ ਦੇ ਰਹੇ ਹੋ, ਉਹ ਬਹੁਤ ਜ਼ਿਆਦਾ ਨਹੀਂ ਕਾਫੀ ਇੰਜਨ ਵੀ ਕਾਫੀ ਹੈ ਪਰ ਬਹੁਤ ਜ਼ਿਆਦਾ ਨਹੀਂ ਥ੍ਰੈਸ਼ੋਲਡ ਕੋਈ ਟਾਈਮ ਸੀਗਾ ਕੋਈ ਟਾਈਮ ਸੀਗਾ ਬੱਟੀ ਰਿਜਨਲ ਗੇਅਰ ਕਰਕੇ ਕੋਈ ਟਾਈਮ ਸੀ ਸਾਰਾ ਹੀ ਮਾਲ ਵਾ ਅੱਜ ਤੋਂ ਫਿਰ 40 ਸਾਲ ਬਹੁਤ ਵੱਡੀ ਲੈਂਡ ਹੋਲਡਿੰਗ
ਫੜੀਏ ਉਹਨਾਂ ਨੂੰ ਇੰਪਾਵਰ ਕਰਕੇ ਉਹਨਾਂ ਨੂੰ ਸਹੀ ਪ੍ਰਾਈਸਿਸ ਮਿਲ ਹੁਣ ਕੀ ਹੋ ਰਿਹਾ ਵਾ ਵੀ ਖਰਚਾ ਆਉਂਦਾ ਵਾ ਫਸਲ ਦੇ ਉੱਤੇ 1400 ਰੁਪਇਆ ਮਿਲਦਾ ਉਹਨੂੰ ਜਾਂ 1500 ਜਾਂ 1300 ਸੋ ਇੱਕ ਵਾਰੀ ਇਹੋ ਹੀ ਇੰਡਸਟਰੀ ਦਾ ਹਾਲ ਹੈ ਬਿਜਲੀ ਸਹੀ ਸਸਤੇ ਰੇਟ ਤੇ ਬਿਜਲੀ 24 ਘੰਟੇ ਬਿਜਲੀ ਅਨਇੰਟਰਪਟਡ ਪਾਵਰ ਸਾਡੀ ਕੋਸ਼ਿਸ਼ ਹੋਊਗੀ ਆਹ ਇੰਸਪੈਕਟਰ ਰਾਜ ਸਭ ਖਤਮ ਕਰਕੇ ਦਿੱਲੀ ਦੇ ਵਿੱਚ ਅਸੀਂ ਵੈਟ ਘਟਾ ਕੇ ਵੈਟ ਕਲੈਕਸ਼ਨ ਕਰਾਂਗੇ ਸੋ ਰਾਦਰ ਦੈਨ ਕਿ ਤੁਸੀਂ ਹਰ ਬੰਦੇ ਦੇ ਬਗੈਰ ਟੈਕਸ ਇੰਸਪੈਕਟਰ ਲਾਇਆ ਹੋਵੇ ਤੁਸੀਂ ਸਾਲ ਦੇ ਬਾਅਦ ਉਹਦੀ ਕੈਲੰਡਰ ਚੈੱਕ ਕਰਕੇ 4-5 ਬੰਦਿਆਂ ਨੂੰ ਕੱਢਿਆ ਹੋਵੇ ਜਿਹੜੇ ਬਾਕੀ ਕਰਪਟ ਹੈ ਬਾਕੀ ਹਰ ਬੰਦੇ ਨੂੰ ਕਿਉਂ ਆ ਤੁਸੀਂ ਹੈਰਾਸ ਕਰਦੇ ਜੇ ਸੋ ਸਾਡੇ ਇਹੋ ਜਿਹੇ ਸਟੈਪਸ ਆ ਹੈਂਡਸ ਆਨ ਸਰਕਾਰ ਹੋਊਗੀ ਇਹ ਸਰਕਾਰ ਇਹ ਨਹੀਂ ਹੋਊਗੀ ਕਿ ਇਹ ਟਾਪ ਸਕੂਟਰ ਬਜਾ ਕੇ ਖੰਘ ਕੇ ਲਾਲ ਬੱਤੀਆਂ ਲੱਗੀਆਂ ਵਾ ਕਿ ਸਰਕਾਰ ਦੀ ਟੋਟਲੀ ਡਿਫਰੈਂਟ ਅਪਰੋਚ ਹੁੰਦਾ ਯਕੀਨ ਮੰਨੋ ਸਿਰਫ 6 ਮਹੀਨੇ ਹੁੰਦੇ ਆ ਸੋ ਭਾਈ ਸਾਹਿਬ ਮੈਂ ਤੁਹਾਡੇ ਸਾਰਿਆਂ ਦਾ ਸਿਕਿਉਰਟੀ ਹੁੰਦੀ ਹੈ ਇਨਕਮ ਟੈਕਸ ਦੇ ਵਿੱਚ ਬੈਲੈਂਸ ਸ਼ੀਟ ਜਾਂਦੀਆਂ ਨੇ ਈਵਨ ਦੈਨ ਉਹਨਾਂ ਦੇ ਸਰਵੇ ਹੁੰਦੇ ਆ ਸਰਚ ਹੁੰਦੀ ਹੈ ਅਤੇ ਵੈਲਥ ਟੈਕਸ ਦੇ ਵਿੱਚ ਵੀ ਸੇਮ ਸਿਸਟਮ ਇਹਨਾਂ ਨਾਲ ਕੁਝ ਨੁਕਸ ਨਿਕਲ ਰਿਹਾ ਤਾਂ ਇਹਨਾਂ ਦੀ ਜਿਹੜੀ ਹੈ ਰੈਵਨਿਊ ਫਿਕਸ ਕੀਤੀ ਜਾਂਦੀ ਲੇਕਿਨ ਡਿਪਾਰਟਮੈਂਟਲ ਅਫਸਰ ਹੈ ਜਿਹੜੇ ਉਹਦੀ ਤਾਂ ਕੋਈ ਲਾਇਬਿਲਿਟੀ ਨਹੀਂ ਹੈ ਈਵਨ ਦੈਨ ਮੈਂ ਪਿੱਛੇ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਇੱਕ ਆਰਟੀਕਲ ਪੜ੍ਹਿਆ ਹੈ ਕਿ ਉਹਨਾਂ ਦੇ ਫਸਟ ਕਲਾਸ ਅਫਸਰ ਜਿਹਨਾਂ ਵਿੱਚ ਕਿ ਉਸ ਏ ਟੀ ਸੀ ਐਡੀਸ਼ਨਲ ਕਮਿਸ਼ਨਰ ਤੱਕ 15-15 ਸਾਲ ਤੋਂ ਉਹਨਾਂ ਨੇ ਆਪਣੀਆਂ ਐਸੈਟਸ ਐਂਡ ਲਾਇਬਿਲਿਟੀਜ਼ ਡਿਕਲੇਅਰ ਨਹੀਂ ਕੀਤੀ ਅਤੇ ਸਾਡੀ ਰਿਕੁਐਸਟ ਹੈ ਸਰ ਕਿ ਆਪਣੀ ਪਾਰਟੀ ਅਗਰ ਪਾਵਰ ਜਾਂਦੀ ਹੈ ਤਾਂ ਹਰੇਕ ਰਜਿਸਟਰਡ ਅਫਸਰ ਦੀ ਜਿਹੜੀ ਐਨੂਅਲ ਐਸੈਟਸ ਰਿਪੋਰਟ ਹੈ ਉਹ ਔਨਲਾਈਨ ਹੋਣੀ ਚਾਹੀਦੀ ਹੈ ਪਬਲਿਕ ਹੋਣੀ ਚਾਹੀਦੀ ਹੈ ਸੈਕੰਡਲੀ ਸਰ ਇੱਕ ਰਿਕੁਐਸਟ ਹੋਰ ਹੈ ਅਤੇ ਸਾਡੇ ਟਰਾਂਸਪੋਰਟ ਅਤੇ ਟੈਕਸੀ ਨਾਲ ਸੰਬੰਧਿਤ ਜਿੰਨੇ ਵੀ ਡਰਾਈਵਰ ਹੈਲਪਰ ਹੁੰਦੇ ਹੈ ਤਾਂ ਉਹਨਾਂ ਲਈ ਘੱਟੋ ਘੱਟ 5 ਲੱਖ ਦਾ ਫ੍ਰੀ ਇੰਸ਼ੋਰੈਂਸ ਜ਼ਰੂਰ ਹੋਣਾ ਚਾਹੀਦਾ ਥੈਂਕ ਯੂ ਡਰਾਈਵਰ ਔਰ ਟੈਕਸੀ ਡਰਾਈਵਰ ਜਿਹੜੇ ਟੈਕਸੀ ਚਲਾਉਂਦੇ ਆ ਸੀਟੇ ਟਰਾਂਸਪੋਰਟਰ ਡੈਫੀਨਿਟਲੀ ਡਰਾਈਵਰ ਟੈਕਸੀ ਡਰਾਈਵਰ ਜਿਹੜੇ ਹੋਰ ਡਰਾਈਵਰਸ ਆ ਉਹਨਾਂ ਦੀ 5 ਲੱਖ ਦੀ ਇੰਸ਼ੋਰੈਂਸ ਹੋਣੀ ਚਾਹੀਦੀ ਕਿਉਂਕਿ ਇਹਨਾਂ ਦੇ ਸੋਰਸਸ ਸਰ ਬਹੁਤ ਲਿਮਿਟਡ ਹੈ ਅਗਰ ਕੁਝ ਹੋ ਜਾਂਦਾ ਹੈ ਤਾਂ ਫੈਮਿਲੀ ਪਿੱਛੇ ਬਹੁਤ ਖੁਸ਼ ਡੈਫੀਨਿਟਲੀ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਇੱਥੇ ਆਏ ਭਾਈ ਸਾਹਿਬ ਨੇ ਬਹੁਤ ਇੰਪੋਰਟੈਂਟ ਗੱਲ ਕੀਤੀ ਉਹਨਾਂ ਕਿਹਾ ਵਾ ਕਿ ਜੀ ਇੱਕ ਮਿੰਟ ਭਾਈ ਸਾਹਿਬ ਨੇ ਗੱਲ ਕੀਤੀ ਆ ਕਿ ਸਾਰੇ ਜਿਹੜੇ ਆਫੀਸਰਸ ਆ
ਉਹਨਾਂ ਦੀ ਜਿਹੜੀ ਪ੍ਰਾਪਰਟੀਜ਼ ਆ ਉਹਨਾਂ ਦੀ ਜੋ ਵੀ ਜਾਇਦਾਦ ਆ ਉਹਨਾਂ ਦੀ ਉਹ ਕਰਨੀ ਚਾਹੀਦੀ ਆ।